ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਸੀਐਮ ਮਾਨ ਨੇ ਸ਼ਰਾਬ ਘਟਾਲੇ 'ਚੋਂ ਬਚਣ ਦੇ ਲਈ ਦਿੱਤੇ ਸੀ ਕਿਸਾਨਾਂ ਦੇ ਉੱਪਰ ਹੰਝੂ ਗੈਸ ਅਤੇ ਰਬੜ ਦੀਆਂ ਗੋਲੀਆਂ ਮਾਰਨ ਦੀ ਆਗਿਆ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁ ਕਰੋੜੀ ਸ਼ਰਾਬ ਘਟਾਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਤੇ ਉਹਨਾਂ ਦੇ ਧਰਤੇ ਤੇ ਹੰਝੂ ਗੈਸ ਛਡਣ ਤੇ ਰਬੜ ਦੀਆਂ ਗੋਲੀਆਂ ਮਾਰਨ ਦੀ ਆਗਿਆ ਦੇ ਦਿੱਤੀ। ਬਠਿੰਡਾ ਅਧਿਆਤੇ ਤੇ ਪੋਚੋ ਮੰਡੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸ਼ਾਲ ਜਨਤਾ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਜਾਣਦੇ ਹਨ ਕਿ ਉਹ ਵੀ ਆਪਣੇ ਆਕਰਬਿੰਦ ਕੈਰੀਬਾਲ ਦੇ ਵਾਂਗੂ ਜੇਲ੍ਹ ਜਾ ਸਕਦੇ ਹਨ ਜਿਵੇਂ ਕਿ ਦਿੱਲੀ ਦੇ ਮੰਨੋਰ ਵਿੱਚ ਹੋਇਆ। ਉਹਨਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਔਰਬਿੰਦ ਕੈਰੀਬਾਲ ਦੀ ਅਗਵਾਈ ਵਾਲੀ ਆਪ ਦੀ ਕੇਂਦਰੀ ਇਕਾਈ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪ ਦੀ ਪੰਜਾਬ ਇਕਾਈ ਦੇ ਨਾਲ ਪਾਏ ਪਾ ਨਾਲ ਰਲ ਕੇ ਪੰਜਾਬ ਸਰਕਾਰ ਬਣਾਉਣ ਨੂੰ ਤਿਆਰ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਉਸੇ ਤਰੀਕੇ ਹੋਵੇਗਾ ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ ਸਿਵ ਸੈਨਾ ਅਤੇ NCP ਨੂੰ ਤੋੜ ਕੇ ਭਾਈਪਾਤ ਦੇ ਨਾਲ ਰਲ ਕੇ ਸਰਕਾਰ ਬਣਾਈ ਗਈ। ਸੀਐਮ ਮਾਨ ਨੇ ਸਾਨੂੰ ਦਿੱਤੀ ਵੱਡੀ ਖੁਸ਼ਖਬਰੀ ਚੋਣ ਦੇ ਫਸਲ ਵੇਲੇ ਬਿਨਾ ਕਿਸੇ ਕਟ ਤੋਂ ਦਿਨ ਦੇ ਸਮੇਂ ਮਿਲੇਗੀ ਬਿਜਲੀ। ਜੀ ਹਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਰੀ ਕਲਸੀ ਦੇ ਲਈ ਚੋਣ ਪ੍ਰਚਾਰ ਕੀਤਾ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਦੇ ਨਾਲ ਜਿਤਾਉਂਦਿਆਂ ਪਿਲ ਕਿਤੇ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਤੇ ਖੇਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਵਿਕਾਸ ਸਾਡੀ ਪਹਿਲੀ ਤਰਜੀਹ ਹੈ ਮੁੱਖ ਮੰਤਰੀ ਬਣ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਕਹਿ ਕੇ ਕਿਸਾਨਾਂ ਨੂੰ ਦੇਣ ਦੇ ਸਮੇਂ ਬਿਨਾਂ ਕਿਸੇ ਕੱਟ ਤੋਂ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਸਮਾਂ ਤੇ ਊਰਜਾ ਬਰਬਾਦ ਨਾ ਹੋਵੇ ਇਹ ਦਿਨਾਂ ਲਈ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਦਿਨ ਰਾਤ ਕੰਮ ਕਰ ਰਹੇ ਹਾਂ ਅਸੀਂ ਪੰਜਾਬ ਦੇ 59% ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਨੂੰ ਜਾਰੀ ਕੀਤਾ ਹੈ ਜਦੋਂ ਕਿ ਮੈਂ ਮਾਰਚ 2022 ਦੇ ਵਿੱਚ ਮੁੱਖ ਮੰਤਰੀ ਬਣਿਆ ਸੀ ਤਾਂ ਸਿਰਫ 21% ਹੀ ਖੇਤਾਂ ਨੂੰ ਨਹਿਰੀ ਪਾਣੀ ਮਿਲ ਪਾ ਰਿਹਾ ਸੀ ਅਕਤੂਬਰ ਤੱਕ 70% ਦੇ ਖੇਤਾਂ ਨੂੰ ਨਹਿਰੀ ਪਾਣੀ ਮਹੱਇਆ ਕਰਵਾ ਦੇ ਮੰਗੇ ਜਿਸ ਤੋਂ ਬਾਅਦ ਪੰਜਾਬ ਦੇ ਕਰੀਬ 6 ਲੱਖ ਟਿਊਬਲ ਬੇਕਾਰ ਹੋ ਜਾਣਗੇ ਫਿਰ ਆ ਸਰਕਾਰ ਨੂੰ ਲਗਭਗ 5 ਤੋਂ ਲੈ ਕੇ 6000 ਕਰੋੜ ਰੁਪਏ ਦੇ ਬਚਤ ਹੋਵੇਗੀ।ਅੱਸਾ ਪੈਸੇਦ ਨਾਲ ਅਸੀਂ ਆਪਣੀਆਂ ਮਾਮਾ ਤੇ ਪੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ। ਅਸੀਂ ਆਪਣੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਜੋ ਇਹਨਾ ਬਣਾ ਲਈ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ notifications ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਮ ਲੋਕਾਂ ਦੀ ਹੋਈ ਵੱਲੇ ਵੱਲੇ ਸਰਕਾਰ ਨੇ 41 ਦਵਾਈਆਂ ਦੀਆਂ ਘਟਾਈਆਂ ਕੀਮਤਾਂ NPPP A ਨੇ ਲਿਆ ਵੱਡਾ ਫੈਸਲਾ ਸਰਕਾਰ ਨੇ ਸ਼ੂਗਰ ਦਲਤ ਤੇ ਜਿਗਰ ਦੇ ਨਾਲ ਸੰਬੰਧਤ ਬਿਮਾਰੀਆਂ ਦੇ ਇਲਾਜ ਦੇ ਲਈ ਆਮ ਤੌਰ ਤੇ ਵਰਤੀਆਂ ਜਾਣ ਵਾਲੀਆਂ 41 ਦਵਾਈਆਂ ਤੇ 6 ਫਾਰਮੂਲੇਦਿਆਂ ਕੀਮਤਾਂ ਦੇ ਵਿੱਚ ਕਟੌਤੀ ਕੀਤਾ ਇਹ ਫੈਸਲਾ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਆਥਾਰਟੀ ਦੀ 143ਵੀਂ ਮੀਟਿੰਗ ਨੇ ਬੈਠ ਲਿਆ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਲੋਕਾਂ ਦੇ ਲਈ ਸਸਤੀਆਂ ਰਹਿਣ ਤੁਹਾਨੂੰ ਇਹਨਾਂ ਦਵਾਈਆਂ ਦੇ ਲਈ ਘੱਟ ਕੀਮਤਾਂ ਅਦਾ ਕਰਨੀ ਪਵੇਗੀ ਫਾਰਮਾ ਕੰਪਨੀਆਂ ਨੂੰ ਅੰਦਰ ਨਿਰਦੇਸ਼ ਦਿੱਤੇ ਗਿਆ ਕਿ ਉਹ ਡੀਲਰਾਂ ਤੇ ਸਟਾਕਸਟਾਂ ਨੂੰ ਵਕ-ਵਕ ਦਵਾਈਆਂ ਦੀਆਂ ਘੱਟ ਕੀਮਤਾਂ ਬਾਰੇ ਜਾਣਕਾਰੀ ਦੇਣਾ ਫਾਰਮਾਸਿਊਟੀਕਲ ਵਿਭਾਗ ਅਤੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਆਥਾਰਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਜਿਨ੍ਹਾਂ ਦਵਾਈਆਂ ਦੇ ਲਈ ਘੱਟ ਕੀਮਤ ਅਦਾ ਕਰਨੀ ਪਵੇਗੀ ਉਹਨਾਂ ਦੇ ਵਿੱਚ ਐਂਟੀਸਾਈਡਾ ਮਲਟੀਵਿਟਾਮਿਨ ਅਤੇ ਐਂਟੀਬਾਇਓਟਿਕਸ ਸ਼ਾਮਲ ਹਨ ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ ਅਕਾਲੀ ਆਗੂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਉਠੰਡਾ ਜ਼ਿਲ੍ਹੇ ਦੇ ਪਿੰਡਾਂ ਮਹਿਮਾ ਸਰਜਾ ਪੁੱਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਅਤੇ ਉਹਨਾਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਜਾਣਕਾਰ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਿੰਡ ਮਹਿਮਾ ਸਰਜਾ ਦੇ ਫੋਕਲ ਪੁਆਇੰਟ ਵਿੱਚ ਵੀਰਵਾਰ ਨੂੰ ਚੋਣ ਰੈਲੀ ਰੱਖੀ ਗਈ ਜਿਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਨਾ ਸੀ ਜਦੋਂ ਸੁਖਬੀਰ ਸਿੰਘ ਬਾਦਲ ਦੇ ਮਹਿਮਾ ਸਰਜਾ ਆਉਣ ਦਾ ਪਤਾ ਲੱਗਾ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪਰ ਦੀ ਅਗਵਾਈ ਦੇ ਹੇਠ ਵੱਡੇ ਗੰਨ ਤੇ ਕਿਸਾਨ ਇਕੱਠੇ ਹੋ ਗਏ ਐਸਾ ਦਰਾਨ ਜਦੋਂ ਸੁਖਬੀਰ ਬਾਦਲ ਦਾ ਕਾਫਲਾ ਪੁੱਜਾ ਤਾਂ ਕਿਸਾਨਾਂ ਨੇ ਅੱਗੇ ਹੋ ਕੇ ਉਹਨਾਂ ਦੀ ਗੱਡੀ ਰੋਕ ਲਈ ਸਕਬੀਰ ਬਾਦਲ ਨੇ ਗੱਡੀ ਦਾ ਸ਼ੀਸ਼ਾ ਹੀਠਾਂ ਕਰਕੇ ਕਿਸਾਨ ਨੂੰ ਵਿਰੋਧ ਦਾ ਕਰਨ ਦਾ ਕਾਰਨ ਪੁੱਛਿਆ ਤਾਂ ਕਿਸਾਨ ਨੇ ਕਹਿ ਕੇ ਉਹ ਉਹਨਾਂ ਨੂੰ ਕਹੋ ਜ੍ਹਾ ਸਵਾਲ ਪੁੱਛਣਾ ਚਾਹੁੰਦੇ ਹਨ ਤੇ ਉਸਤੇ ਬਾਦਲ ਨੇ ਕਹਿ ਕੇ ਆਪਣੇ ਮੋਬਾਈਲ ਫੋਨਾਂ ਦੇ ਕੈਮਰੇ ਬੰਦ ਕਰਕੇ ਸਵਾਲ ਕੀਤੇ ਜਾਣ ਜਿਸ ਕਾਰਨ ਕਿਸਾਨਾਂ ਨੇ ਕਹਿ ਕੇ ਉਹ ਸਵਾਲ ਪੁੱਛਣ ਦੀ ਵੀਡੀਓ ਜ਼ਰੂਰ ਆ ਬਣਾਉਣਗੇ ਇਸ ਤੋਂ ਬਾਅਦ ਬਾਦਲ ਮੜਾ ਗੱਡੀ ਦੇ ਵਿੱਚ ਆ ਸਵਾਰ ਹੋ ਗਏ ਤਾਂ ਕਿਸਾਨ ਪੜਕ ਗਏ ਕਣਕ ਦਾ ਰੇਟ 3104 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਸਿਫਾਰਿਸ਼। ਜਿਵੇਂ ਦੋਸਤੋ ਪੰਜਾਬ ਸਰਕਾਰ ਨੇ ਹੜੀ ਦੀਆਂ ਫਸਲਾਂ ਦਾ ਘਟੋ ਘੱਟ ਸਮਰਥਨ ਮੁੱਲ ਤੈਅ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਆਪਣੀ ਸਿਫਾਰਿਸ਼ ਭੇਜ ਦਿੱਤੀ ਹੈ ਫਸਲ ਉਤਪਾਦਨ ਦੀ ਲਾਗਤ ਦੇ ਆਧਾਰ ਤੇ ਸਾਲ 2025-26 ਦੇ ਲਈ ਕਣਕ ਦਾ ਰੇਟ 3104 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਪਿਛਲੇ ਸਾਲ 24-25 ਦੇ ਲਈ 3070 ਰੁਪਏ ਦੀ ਮੰਗ ਕੀਤੀ ਗਈ ਸੀ। ਪਰ ਇਸ ਵੇਲੇ ਸਮਰਥਨ ਮੁੱਲ 2275 ਰੁਪਇਆ ਸਰਕਾਰ ਨੂੰ ਮੀਦਾ ਕੇ ਹੱਦ ਦੇ ਨਾਲ ਕਿਸਾਨਾਂ ਦੇ ਆਰਥਿਕ ਹਾਲਤ ਸੁਧਰੇਗੀ ਹਰ ਸਾਲ ਸਰਕਾਰ ਦੇ ਵੱਲੋਂ ਹੜੀ ਅਤੇ ਸੋਨੀਦੰਗਾ ਫਸਲਾਂ ਦੀ ਲਾਗਤ ਦੇ ਆਧਾਰ ਤੇ ਘਟੋ-ਘਟ ਸਮਰਥਨ ਮੁੱਲ ਤੈਅ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਂਦਾ ਹਾਲਾਂਕਿ ਕੇਂਦਰ ਸਰਕਾਰ ਦੇ ਦੁਆਰਾ ਸਾਰੇ ਰਾਜਾਂ ਤੋਂ ਪ੍ਰਾਪਤ ਦਰਾਂ ਦੇ ਆਧਾਰ ਤੇ ਦਾ ਮਲਾਂਕਣ ਕੀਤਾ ਜਾਂਦਾ ਜਿਸ ਦੇ ਆਧਾਰ ਤੇ ਰੇਟ ਤੈਅ ਕੀਤੇ ਜਾਂਦੇ ਹਨ ਸੋਨਾ ਹੀ ਨਹੀਂ ਚਾਂਦੀ ਨੇ ਵੀ ਤੋੜੇ ਸਾਰੇ ਰਿਕਾਰਡ ਹੈ ਪਹਿਲੀ ਵਾਰ 86000 ਹੋਇਆ ਚਾਂਦੀ ਦਾ ਪਾ ਪਿਛਲੇ ਮਹੀਨੇ ਦੌਰਾਨ ਸੋਨੇ ਦੀ ਕੀਮਤ ਤੇ ਚਾ ਰਿਕਾਰਡ ਬੱਧਾ ਦੇਖਿਆ ਗਿਆ ਜਿਸ ਕਾਰਨ ਸੋਨਾ ਆਪਣੇ ਹੁਣ ਤੱਕ ਦੇ ਉੱਚ ਪੱਧਰ ਤੇ ਪਹੁੰਚ ਗਿਆ ਇਸ ਤੋਂ ਬਾਅਦ ਸੋਨੇ ਵਾਚਾ ਨਿਵੇਸ਼ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਕਈ ਮਾਹਿਰਾਂ ਨੇ ਸੋਨੇ ਦੇ ਵਾਚਾ ਨਿਵੇਸ਼ ਨੂੰ ਲੈ ਕੇ ਟੀਚਾ ਵੀ ਦਿੱਤਾ ਪਰ ਚਾਂਦੀ ਨੂੰ ਲੈ ਕੇ ਜਿਆਦਾ ਚਰਚਾ ਨਹੀਂ ਹੋਈ ਹਾਲਾਂਕਿ ਹੁਣ ਚਾਂਦੀ ਇੱਕ ਨਵੀਂ ਚਾਈਤੇ ਪਹੁੰਚ ਗਿਆ ਵੱਧ ਵਾਰ ਨੂੰ MCX ਚਾਂਦੀ ਆਚਨਕ 600 ਰੁਪਏ ਮਹਿੰਗੀ ਹੋ ਗਿਆ ਤੇ 86000 ਰੁਪਏ ਨੂੰ ਪਾਰ ਕਰ ਗਈ MCX ਤੇ ਚਾਹ ਦੇ ਦਾ ਦਿਨ ਦਾ ਉੱਚ ਪੱਧਰ 5 ਜੂਨ ਵਾਅਦਾਦਲੇ 86200 ਰੁਪਏ ਪ੍ਰਤੀ ਕਿਲੋਗ੍ਰam ਸੀ ਪਾਰ ਕਰੋਬਾਰ ਬੰਦ ਹੋਣ ਦੇ ਨਾਲ ਚਾਹ ਦੀ ਕੀਮਤ 85601 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਈ ਮੰਗਲਵਾਰ ਨੂੰ ਚਾਹ ਦੀ ਕੀਮਤ 85417 ਰੁਪਏ ਪ੍ਰਤੀ ਕਿਲੋਗ੍ਰam ਸੀ 1 ਜੁਲਾਈ ਤੋਂ ਗਰੀਬ ਔਰਤਾਂ ਦੇ ਖਾਤਿਆਂ ਵਿੱਚ ਪੈਣਗੇ ਹਰ ਮਹੀਨੇ 8400 ਰੁਪਏ ਕਾਂਗਰਸ ਆਗੂ راہੁਲ ਗਾਂਧੀ ਨੇ ਬੇਨਸਾਫੀ ਨੂੰ ਖਤਮ ਕਰਨ ਲਈ ਹਰ ਵੋਟ ਜ਼ਰੂਰੀ ਦੱਸਦਿਆਂ ਕਹਿ ਕੇ ਜੇਕਰ ਕੇਂਦਰ ਦੇ ਵਿੱਚ ਭਾਰਤਾ ਗੜ ਜੋੜ ਦੀ ਸਰਕਾਰ ਬਣੀ ਤਾਂ 15 ਅਗਸਤ ਤੱਕ 3 ਲੱਖ ਸਾਮੀਆਂ ਤੇ ਭਰਤੀ ਸ਼ੁਰੂ ਕਰ ਦਿੱਤੇ ਜਾਵਗੇ ਉਹਨਾਂ ਨੇ ਅੱਗੇ ਕਹਿ ਕੇ ਮੁੱਦੇ ਸਰਕਾਰ ਦੇ ਵਿੱਚ ਇਹਨਾਂ ਇਨਸਾਫ ਨਹੀਂ ਹੋ ਪਾ ਰਿਹਾ ਪਾਣੀ ਜ਼ਮੀਨਾਂ ਤੇ ਜੰਗਲ ਤੋਂ ਆਦੀਵਾਸੀਆਂ ਦੇ ਹੱਕ ਖੋਏ ਜਾ ਰਹੇ ਹਨ ਤੇ ਹਰ ਕਿਸੇ ਦੇ ਨਾਲ ਬੇਇਨਸਾਫੀ ਖਤਮ ਕੀਤੇ ਜਾ ਰਿਹਾ ਹੈ ਦੇਲੇ ਇਨਸਾਫ ਦੇ ਲਈ ਹਰ ਇੱਕ ਦੀ ਵੋਟ ਜ਼ਰੂਰੀ ਆ ਗਾਂਦੀ ਨੇ ਅੱਗੇ ਕਹਿ ਕੇ ਆਪਣੀ ਇੱਕ ਵੋਟ ਦੀ ਤਾਕਤ ਨੂੰ ਸਮਝੋ ਦੇਸ਼ ਭਰ ਦੇ ਵਿੱਚ ਹੋ ਰਹੇ ਭਿਆਨਕ ਬਹਿਤ ਕਰਿਆਤੇ ਬੇਇਨਸਾਫੀ ਨੂੰ ਖਤਮ ਕਰੇਗੀ ਤੁਹਾਡੀ ਇੱਕ ਵੋਟ 15 ਅਗਸਤ ਤੱਕ 30 ਲੱਖ ਸਰਕਾਰੀ ਸਾਮਗਾਂ ਦੇਲੇ ਭਾਰਤ ਦਾ ਕੰਮ ਸ਼ੁਰੂ ਕਰੇਗੀ ਤੁਹਾਡੀ ਇੱਕ ਵੋਟ ਪਹਿਲੀ ਜੁਲਾਈ ਤੋਂ ਗਰੀਬ ਔਰਤਾਂ ਅਤੇ ਖਾਤਨਾਂ ਬੱਚਾ ਹਰ ਮਹੀਨੇ 8500 ਰੁਪਏ ਪਹੁੰਚਾਏਗੀ ਤੁਹਾਡੀ ਇੱਕ ਵੋਟ ਪੰਜਾਬ ਦੇ ਸਕੂਲਾਂ ਵਿੱਚ ਅੱਜ ਵੀ ਹੋਇਆ ਗਰਮੀਆਂ ਦੀਆਂ ਛੁੱਟੀਆਂ ਦਾ ਵੱਡਾ ਐਲਾਨ ਗਰਮੀ ਕਹਿਰ ਹੈ ਟਾਰੀ ਹੈ ਇਹਦੇ ਵਿਚਕਾਰ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਜਾਣਕਾਰ ਦੇ ਅਨੁਸਾਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ 1 ਤੋਂ ਲੈ ਕੇ 30 ਜੂਨ ਤੱਕ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ ਇਹ ਹੁਕਮ ਸਿੱਖਿਆ ਮੰਤਰੀ ਹਰਜੋਤ ਸਿੰਘ ਆਬੈਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ 1 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣਗੀਆਂ ਤੇ ਸਕੂਲਾਂ 30 ਜੂਨ ਤੱਕ ਬੰਦ ਰਹਿਣਗੇ ਐਸ ਸਬੰਧੀ ਸਿੱਖਿਆ ਵਿਭਾਗ ਦੇ ਵੱਲੋਂ ਤਾਜ਼ਾ ਹੁਕਮ ਜਾਰੀ ਕਰ ਦਿੱਤੇ ਗਏ ਹਨ ਰਵਨੀਤਾ ਸੰਗਾ ਬਿੱਟੂ ਪਾਇਦੇ ਨਜ਼ਰ ਆਏ ਸੋਸ਼ਲ ਮੀਡੀਆ ਤੇ ਵੀਡੀਓ ਬਾਹਰ ਲੱਗ ਕੇ ਸਨਾਨਦ ਵੱਲੋਂ ਭਾਜਪੀ ਆਗੂਆਂ ਦਾ ਵਿਰੋਧ ਜਿਵੇਂ ਦੋਸਤੋ ਲੋਕ ਸਭਾ ਚੋਣਾਂ 2024 ਦੇ ਲਈ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਜੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸ ਚੋਣ ਪ੍ਰਚਾਰ ਦੇ ਦੌਰਾਨ ਕਈ ਆਗੂਆਂ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਆंदोलਨ ਦੂਦੇ ਚੱਲਦਿਆਂ ਸਵੇਰ ਭਰ ਦੇ ਵਿੱਚ ਪਾਇਪਾ ਦੇ ਲੋਕ ਸਭਾ ਅਮੀਰਵਾਰਾਂ ਦਾ ਵਿਰੋਧ ਦਾ ਹੋ ਰਿਹਾ ਲੁਧਿਆਣਾ ਤੋਂ ਭਾਜੀਪੀ ਦੇ ਉਮੀਦਵਾਰ ਰਵਨੀਤ ਸੰਗਾ ਬਿੱਟੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਦ ਦੇ ਵਿੱਚ ਉਹ ਤੇਜ਼ੀ ਦੇ ਨਾਲ ਭੱਜਦੇ ਹੋਏ ਨਜ਼ਰ ਆ ਰਹੇ ਹਨ ਭਾਜੀਪੀ ਆਗੂਆਂ ਦਾ ਜ਼ਬਰਦਸਤ ਵਿਰੋਧ ਦਾ ਜੇਕਰ ਜੋਗਾ ਕੈਪਟਲ ਲੋਕ ਸਭਾ ਸਿਰ ਤੋਂ ਪਾਇਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਕਿਸਾਨਾਂ ਦੇ ਵੱਲੋਂ ਵਿਰੋਧ ਦਰਾਂ ਕਿਸਾਨਾਂ ਸਰੇਂਦਰਪਾਲ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਨੀਤ ਕੌਰ ਦੇ ਵੱਲੋਂ ਦੋ ਦਿਨਾਂ ਦੇ ਲਈ ਸਾਰੇ ਸਿਆਸੀ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਸਾਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਜਿਸ ਦੇ ਕਾਰਨ ਸਰੇਂਦਰ ਸਿੰਘ ਦੀ ਮੌਤ ਹੋ ਗਈ ਉੱਥੇ ਹੀ ਭਾਜਪਾ ਦੇ ਵੱਲੋਂ ਵੀਡੀਓ ਜਾਰੀ ਕਰਕੇ ਕਿਹਾ ਗਿਆ ਸੀ ਕਿ ਕੋਈ ਤੱਕਾ ਮੁੱਕੀ ਨਹੀਂ ਹੋਈ ਹੈ ਹਰਿਆਣਾ ਵਿੱਚ ਵੀ ਭਾਜਪਾ ਆਗੂਆਂ ਦਾ ਵਿਰੋਧ ਦਾ ਦਸਨ ਜੋ ਗੈਕ ਕੇ ਸੰਜਗਤ ਕਿਸਾਨ ਮੋਰਚੇ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਕਰਨ ਆਏ ਪਾਇਪਾ ਆਗੂਆਂ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਫਰੀਦਕੋਟ ਤੋਂ ਭਾਜਪਾ ਮੀਤਬਰ ਹੰਸਰਾਜ ਹੰਸਾ ਹੁਣ ਜਾਂਫਰਗੁਰਦਾਸਪੁਰ ਤੋਂ ਦਿਨੇਸ਼ ਅਦੀ ਬੱਬੂ ਸਭ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਨਾਂ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਵਿੱਚ ਵੀ ਭਾਜਪਾ ਆਗੂਆਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਵੜਨ ਨਹੀਂ ਦਿੱਤਾ ਜਾ ਰਿਹਾ